ਮੋਮਬੱਤੀਆਂ ਦੀ ਇਹ ਜਗਦੀ ਲੋ ਅੱਜ ਉਸ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਰੋਸ਼ਨੀ ਹੈ ਉਸ 2 ਸਾਲ ਦੇ ਫਤਿਹਵੀਰ ਲਈ ਜੋ ਪ੍ਰਸ਼ਾਸਨ ਦੇ ਇਸ ਹਨੇਰੇ ਦੇ ਵਿੱਚ ਕਿਧਰੇ ਗੁਆਚ ਗਿਆ। ਇਸ ਹਾਦਸੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਜਿੱਥੇ ਫਤਿਹਵੀਰ ਦੀ ਮੌਤ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਨਮ ਵਿਖਾਈ ਦਿੱਤੀਆਂ, ਉੱਥੇ ਹੀ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ਼ ਗੁੱਸਾ ਵੀ ਸਾਫ਼ ਨਜ਼ਰ ਆਇਆ। ਇਸ ਦੇ ਚੱਲਦਿਆਂ ਬਠਿੰਡਾ ਦੇ ਵਿੱਚ ਵੀ ਸਮਾਜ ਸੇਵੀ ਸੰਸਥਾ ਨੇ ਫਤਿਹਵੀਰ ਲਈ ਕੁਝ ਸਮਾਂ ਮੌਨ ਧਾਰਿਆ ਅਤੇ ਪ੍ਰਸ਼ਾਸਨ ਅਤੇ ਸਰਕਾਰ ਉੱਤੇ ਇਲਜ਼ਾਮ ਲਗਾਉਂਦਿਆਂ ਹੋਇਆ ਕਿਹਾ ਕਿ ਅੱਜ ਜੇਕਰ ਫਤਿਹਵੀਰ ਉਹਨਾਂ ਵਿੱਚ ਮੌਜੂਦ ਨਹੀਂ ਹੈ ਤਾਂ ਇਹ ਸਰਕਾਰ ਅਤੇ ਪ੍ਰਸ਼ਾਸਨ ਦੀ ਨਲਾਇਕੀ ਦਾ ਸਬੂਤ ਹੈ। ਪੂਰੇ ਪੰਜਾਬ ਵਿੱਚ ਸੋਗ ਦੀ ਇਸ ਲਹਿਰ ਦੇ ਚੱਲਦਿਆਂ ਜਲੰਧਰ ਵਿੱਚ ਵੀ ਲੋਕਾਂ ਦੀਆਂ ਅੱਖਾਂ ਨਮ ਹੋਈਆਂ, ਜਿਸ ਦੇ ਚੱਲਦਿਆਂ ਜਲੰਧਰ ਦੇ ਲੋਕਾਂ ਨੇ ਵੀ ਕੈਂਡਲ ਮਾਰਚ ਕੱਢਿਆ। ਇਸ ਮੌਕੇ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ਼ਿਵਦਿਆਲ ਮਾਲੀ ਨੇ ਕਿਹਾ ਕਿ ਇਹ ਸਾਡੇ ਦੇਸ਼ ਲਈ ਬਹੁਤ ਸ਼ਰਮਨਾਕ ਗੱਲ ਹੈ ਕਿ ਅਸੀਂ ਇੰਨੀ ਤਰੱਕੀ ਦੇ ਬਾਵਜੂਦ ਅੱਜ ਅਜਿਹੇ ਇਕੁਇਪਮੈਂਟਸ ਅਤੇ ਤਕਨੀਕਾਂ ਇਜਾਦ ਨਹੀਂ ਕਰ ਪਾਏ ਕਿ ਫਤਿਹਵੀਰ ਦੀ ਜਾਨ ਬਚਾਈ ਜਾ ਸਕਦੀ। ਭਾਰਤ ਦੇਸ਼ ਹੈ ਜਿਹੜਾ, ਇਹਦੇ ਵਿੱਚ ਅੱਜ ਵੀ ਉਹ ਘਟਨਾਵਾਂ ਹੋ ਰਹੀਆਂ ਨੇ ਜਿਹੜੀਆਂ ਕਿ 15ਵੀਂ ਸਦੀ ਵਿੱਚ ਵੀ ਨਹੀਂ ਸੀ ਹੋਣੀਆਂ ਚਾਹੀਦੀਆਂ। 1-2 ਸਾਲ ਦਾ ਬੱਚਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਭਗਵਾਨਪੁਰਾ ਪਿੰਡ ਦੇ ਵਿੱਚ ਐਡੀ ਅਣਗਹਿਲੀ, ਜਿਹੜੀ ਸਿਵਿਕ ਅਮੈਨਿਟੀਜ਼ ਮੂਲਭੂਤ ਸੁਵਿਧਾਵਾਂ ਦੇਣ ਵਾਲੀ ਉੱਥੋਂ ਦੀ ਜਿਹੜੀ ਨਗਰ ਪੰਚਾਇਤ ਹੈ ਜਾਂ ਜੋ ਵੀ ਹੈ ਉਹਨਾਂ ਦੇ ਬੋਰਵੈੱਲ ਦੇ ਉੱਤੇ ਉਹਨੂੰ ਨੰਗਾ ਛੱਡਿਆ ਹੋਇਆ ਸੀਗਾ। ਔਰ ਉਹ ਉਸ ਪਰਿਵਾਰ ਦਾ ਉਹ ਚਾਨਣ ਮੁਨਾਰਾ, ਉਹ ਸਿਤਾਰਾ, ਉਹ ਤਾਰਾ ਜਿਹੜਾ ਉਹਨਾਂ ਦੇ ਦਿਲਾਂ ਦੀ ਧੜਕਣ ਸੀਗੀ, ਉਹ ਬੱਚਾ ਖੇਡਦਾ ਖੇਡਦਾ ਉਸ ਬੋਰਵੈੱਲ ਦੇ ਕੋਲ ਗਿਆ, ਉਹਦੇ ਵਿੱਚ ਅਨਫੋਰਚੁਨੇਟਲੀ ਗੈਰ ਕੁਦਰਤੀ ਤਰੀਕੇ ਨਾਲ ਬੋਰ ਦੇ ਵਿੱਚ ਗਿਰ ਗਿਆ। ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਕਿ ਹਰ ਹੀਲਾ ਵਸੀਲਾ ਲਗਾ ਕੇ ਤਾਂ ਉਸ ਬੱਚੇ ਦੀ ਉਹਦੀ ਜਾਨ ਦੀ ਫਿਕਰ ਕਰਦੇ ਹੋਏ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਅਤੇ ਪਠਾਨਕੋਟ 'ਚੋਂ ਵੀ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਅਤੇ ਇਸ ਮੌਕੇ 'ਤੇ ਬੋਲਦਿਆਂ ਪਠਾਨਕੋਟ ਦੇ ਲੋਕਾਂ ਨੇ ਕਿਹਾ ਕਿ ਫਤਿਹਵੀਰ ਦੀ ਮੌਤ ਨਹੀਂ ਹੋਈ ਸਗੋਂ ਸਰਕਾਰੀ ਹੱਤਿਆ ਹੋਈ ਹੈ। ਜੇਕਰ ਪ੍ਰਸ਼ਾਸਨ ਅਤੇ ਸਰਕਾਰ ਸਮੇਂ 'ਤੇ ਕੋਈ ਪੁਖਤਾ ਇੰਤਜ਼ਾਮ ਕਰਦੇ ਤਾਂ ਸ਼ਾਇਦ ਫਤਿਹਵੀਰ ਨੂੰ ਬਚਾਇਆ ਜਾ ਸਕਦਾ ਸੀ। ਜੇ ਇਹੀ ਕੋਈ ਮੰਤਰੀ ਦਾ ਬੇਟਾ ਜਾਂ ਕੋਈ ਵੱਡੇ ਸ਼ਾਹੂਕਾਰ ਦਾ ਬੇਟਾ ਹੁੰਦਾ, ਇਹ ਘੰਟਿਆਂ ਵਿੱਚ ਬਾਹਰ ਆ ਜਾਣਾ ਸੀ। ਜਿਸ ਨੂੰ ਕੱਢਣ ਵੇਲੇ ਉਹ ਗਰੀਬ ਬੱਚਾ ਸੀਗਾ, ਕਿਸੇ ਨੇ ਇੰਨਾ ਇੰਟਰਸਟ ਨਹੀਂ ਲਿਆ, ਸੋ ਉਹਨੂੰ 6 ਦਿਨ ਦਾ ਸਮੇਂ ਲੱਗ ਗਿਆ। ਇੱਕ ਜਗ੍ਹਾ ਕਰਕੇ ਲੋਕਲ ਮੁੰਡਾ ਸੀਗਾ, ਉਹਨੇ ਕਿਹਾ ਸੀਗਾ ਕਿ ਮੈਂ ਪਹਿਲੇ ਦਿਨ ਹੀ ਕਿ ਮੈਂ ਕੱਢ ਦਿੰਦਾ, ਪਰ ਲੋਕ ਜਿਸ ਕਰਕੇ ਪ੍ਰਸ਼ਾਸਨ ਨੇ ਉਹਨੂੰ ਕੋਈ ਹਾਮੀ ਨਹੀਂ ਦਿੱਤੀ। ਫਿਰ ਉਹਨੂੰ ਪੰਜ ਦਿਨਾਂ ਬਾਅਦ ਪ੍ਰਸ਼ਾਸਨ ਨੇ ਇੱਕ ਹਾਮੀ ਦਿੱਤੀ ਆ, ਉਹਦੇ ਵੇ ਨਾਲ ਉਹਨੂੰ ਕੱਢਿਆ ਗਿਆ। ਜਿਸ ਲਈ ਉਹ ਕੱਢਣ ਦਾ ਇੱਕ ਕਾਮਯਾਬ ਹੋ ਗਿਆ ਤਾਂ ਉਹਨੂੰ ਸਾਈਡ 'ਤੇ ਕਰ ਦਿੱਤਾ ਗਿਆ, ਜੋ ਪੰਜਾਬ ਸਰਕਾਰ ਨੇ ਆਪਣੇ ਕ੍ਰੈਡਿਟ ਦੇ ਚੱਕਰਾਂ 'ਚ, ਕੋਈ ਪ੍ਰਸ਼ਾਸਨ ਦੇ ਚੱਕਰਾਂ 'ਚ, ਕੋਈ ਮੰਤਰੀ ਸੀਗੇ ਲੋਕਲ ਬਾਡੀ, ਉਹਦੇ ਆਪਣੇ ਕ੍ਰੈਡਿਟ ਦੇ ਚੱਕਰਾਂ 'ਚ, ਕ੍ਰੈਡਿਟ ਦੇ ਚੱਕਰ 'ਚ ਉਹ ਬੱਚੇ ਨੇ ਜਾਨ ਗਵਾਉਣੇ ਪੈ ਗਏ। ਅਤੇ ਉੱਧਰ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਵਿੱਚ ਵੀ 2 ਸਾਲ ਦੇ ਫਤਿਹਵੀਰ ਨੂੰ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਦੇ ਨਾਲ ਹੀ ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਕੋਈ ਨਵੀਂ ਤਕਨੀਕ ਲਿਆਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰ ਸਕੇ ਅਤੇ ਅਜਿਹਾ ਤਸ਼ੱਦਦ ਕਿਸੇ ਬੱਚੇ 'ਤੇ ਨਾ ਢਾਇਆ ਜਾ ਸਕੇ। ਅਸੀਂ ਰੋਜ਼ ਜ਼ਾਹਿਰ ਕਰਦੇ ਕਿ ਸਰਕਾਰ ਨੇ ਕੱਜਣਾ ਕੰਮ ਹੀ ਨਹੀਂ ਕੀਤਾ ਜੀ, ਸਗੋਂ ਉਹਨਾਂ ਦੇ ਪੇਰੈਂਟਸ ਨੂੰ ਵੀ ਗੁੰਮਰਾਹ ਕੀਤਾ ਗਿਆ ਕਿ ਇਸ ਤਰ੍ਹਾਂ ਹੋ ਰਿਹਾ। ਪ੍ਰਸ਼ਾਸਨ ਨੂੰ ਪਹਿਲਾਂ ਸਭ ਕੁਝ ਦੱਸਣਾ ਚਾਹੀਦਾ ਸੀਗਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸਭ ਨੂੰ ਪਹਿਲਾਂ ਉਹਨਾਂ ਨੇ ਉਹਨਾਂ ਨੇ ਪੇਰੈਂਟਸ ਨੂੰ ਨਹੀਂ ਇਹ ਚੀਜ਼ ਕਲੀਅਰ ਕੀਤੀ ਕੀ ਹੋ ਰਿਹਾ, ਅਤੇ ਜਿਹੜੇ ਮੀਡੀਆ ਨੂੰ ਕਿੱਦਾਂ ਕਲੀਅਰ ਹੋ ਸਕਦੀ ਸੀ ਕਿ ਇਹ ਕੀ ਚੀਜ਼ ਹੋ ਰਹੀ ਆ। ਅਸੀਂ ਸਭ ਨੂੰ ਪਹਿਲਾਂ ਇਹ ਰੋਸ ਜ਼ਾਹਿਰ ਕਰਦੇ ਹਾਂ ਕਿ ਉੱਦਾਂ ਡਿਜੀਟਲ ਇੰਡੀਆ ਦਾ ਇੰਨਾ ਰੌਲਾ ਪਾਉਂਦੇ ਨੇ, ਪਰ ਇਹਨਾਂ ਕੋਲ ਤਾਂ ਮਸ਼ੀਨਰੀ ਤਾਂ ਹੈ ਹੀ ਨਹੀਂ, ਇੰਨੀਆਂ ਤਕੜੀਆਂ ਮੂਰਤੀਆਂ ਬਣਾਤੀਆਂ ਨੇ ਅਤੇ ਪਰ ਇਹਨਾਂ ਕੋਲ ਡਿਜੀਟਲ ਇੰਡੀਆ ਤਾਂ ਕੁਛ ਹੈ ਹੀ ਨਹੀਂ, ਅਤੇ ਉੱਦਾਂ ਸਾਰੇ ਇਹਨਾਂ ਨੇ ਵਰਲਡ 'ਚ ਖੱਪ ਪਾਈ ਹੈ ਕਿ ਆਪਾਂ ਡਿਜੀਟਲ ਇੰਡੀਆ ਬਣਾਉਣਾ ਜੀ। ਸੋ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਜਿੱਥੇ ਸਰਕਾਰ ਡਿਜੀਟਲ ਇੰਡੀਆ ਦੀ ਗੱਲ ਕਰਦੀ ਹੈ, ਉੱਥੇ ਹੀ ਅੱਜ ਉਹਨਾਂ ਕੋਲ ਅਜਿਹੀ ਕੋਈ ਟੈਕਨੀਕ ਨਹੀਂ ਹੈ ਕਿ ਬੱਚੇ ਨੂੰ ਸਹੀ ਸਲਾਮਤ ਬਾਹਰ ਨਿਕਾਲ ਸਕਦੇ।
ਦੇਸ਼ ਵਿੱਚ ਵੱਡੀਆਂ ਵੱਡੀਆਂ ਮੂਰਤੀਆਂ ਲਾਈਆਂ ਜਾ ਰਹੀਆਂ ਨੇ, ਪਰ ਜ਼ਿੰਦਾ ਲੋਕਾਂ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਹੁਣ ਦੇਖਣਾ ਇਹ ਹੋਏਗਾ ਕਿ ਫਤਿਹਵੀਰ ਨੂੰ ਇਨਸਾਫ ਕਦੋਂ ਮਿਲੇਗਾ ਤੇ ਮੁਲਜ਼ਮਾਂ ਖਿਲਾਫ ਕੜੀ ਕਾਰਵਾਈ ਹੋ ਸਕੇਗੀ ਜਾਂ ਨਹੀਂ। ਬਠਿੰਡਾ ਤੋਂ ਅਮਨਦੀਪ, ਗੁਰਦਾਸਪੁਰ ਤੋਂ ਨਿਤਿਨ ਲੂਥਰਾ, ਜਲੰਧਰ ਤੋਂ ਰਤਨਾਕਰ ਮਿਸ਼ਰਾ ਤੇ ਪਠਾਨਕੋਟ ਤੋਂ ਜਤਿਨ ਦੇ ਨਾਲ ਇੰਡੀਆ ਨਿਊਜ਼ ਪੰਜਾਬ।